ਪੁੱਛਿਆ ਜਦੋਂ ਤੁਸੀਂ ਰੇਡ ਕਰਨ ਗਏ ਕਿਸ ਤਰ੍ਹਾਂ ਕਾਰਤਿਕ ਦੀ ਮੌਤ ਹੁੰਦੀ ਆ ਔਰ ਤੁਸੀਂ ਜਦੋਂ ਰੇਡ ਕਰਨ ਗਏ ਆ ਉੱਥੇ ਕਿਹਨੂੰ ਕਿਹਨੂੰ ਨਾਲ ਲੈ ਗਏ ਸੀ ਔਰ ਉੱਥੇ ਕੀ ਕੁਝ ਹੋਇਆ ਕਾਰਤਿਕ ਦੀ ਮੌਤ ਬਾਰੇ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਹੋਇਆ ਸਾਡੀ ਟੀਮ ਹੈ ਜਿਹੜੀ ਉਹ ਰੇਡ ਕਰਕੇ ਵਾਪਸ ਆ ਗਈ ਸੀ ਰਿਕਵਰੀ ਕਰਕੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸਾਨੂੰ ਬਹੁਤ ਦੁੱਖ ਹੈ ਇਸ ਇੰਸੀਡੈਂਟ ਦਾ ਔਰ ਅਸੀਂ ਦਿਲੋਂ ਬਹੁਤ ਦੁਖੀ ਹੈ ਕਿ ਉਹਨਾਂ ਦੇ ਬੱਚੇ ਦੀ ਇਸ ਤਰ੍ਹਾਂ ਕਰਕੇ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਉਹਦੀ ਡੈਥ ਹੋਣ ਦੀ ਵੀ ਸ਼ਾਇਦ ਖਬਰ ਆ ਗਈ ਹੈ ਸਾਨੂੰ ਤਾਂ ਇਹ ਟੀਮ ਨੂੰ ਬਾਅਦ 'ਚ ਪਤਾ ਲੱਗਿਆ ਅਸੀਂ ਤਾਂ ਰਿਕਵਰੀ ਕਰਕੇ ਆ ਗਏ ਸੀਗੇ ਰਾਦਰ ਰਿਕਵਰੀ ਕਰਨ ਤੋਂ ਬਾਅਦ ਅਸੀਂ ਜਦੋਂ ਆ ਰਹੇ ਸੀਗੇ ਰੌਲਾ ਜਿਹਾ ਪਿਆ ਸੀਗਾ ਕਿਉਂਕਿ ਘਰ ਵਾਲਿਆਂ ਨੂੰ ਐਂ ਕਿ ਐਡੀ ਵੱਡੀ ਰਿਕਵਰੀ ਹੋ ਰਹੀ ਹੈ ਐਡੀ ਵੱਡੀ ਰਿਕਵਰੀ ਹੋਈ ਹੈ ਤਾਂ ਉਹਨਾਂ ਨੂੰ ਨੈਚੁਰਲੀ ਸਾਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਨੂੰ ਕਾਫੀ ਫਿਕਰਮੰਦ ਹੋਣਗੇ ਤਾਂ ਸਾਨੂੰ ਤਾਂ ਇੰਨਾ ਹੀ ਪਤਾ ਸੀ ਅਸੀਂ ਤਾਂ ਟੀਮ ਆਪਣੀ ਰਿਕਵਰੀ ਕਰਨ ਗਏ ਸੀਗੇ ਰਿਕਵਰੀ ਕਰਨ ਤੋਂ ਬਾਅਦ ਅਸੀਂ ਵਾਪਸ ਆ ਗਏ ਸੀਗੇ ਅਤੇ ਇਹ ਦੋਸ਼ੀ ਨੂੰ ਨਾਲ ਲੈ ਕੇ ਅਸੀਂ ਥਾਣੇ ਵਾਪਸ ਆਏ ਹਾਂ ਥਾਣੇ ਵਾਪਸ ਆ ਕੇ 11 ਸੈਕਟਰ ਪਹਿਲਾਂ ਅਸੀਂ ਜਦੋਂ ਟੀਮ ਗਈ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਗਏ ਹੋ ਕੌਣ ਕੌਣ ਗਏ ਹੋ ਕੀ ਤੁਹਾਡੇ ਨਾਲ ਸਾਡੀ ਟੀਮ ਜਿਹੜੀ ਗਈ ਹੈ ਨਾ ਜੀ ਉਹ ਟੀਮ ਦੇ ਅਸੀਂ ਕਾਫੀ ਮੈਂਬਰ ਸੀਗੇ ਉਹ ਸਾਰਾ ਅਸੀਂ ਰਪੜ ਜਾ ਕੇ ਥਾਣੇ 'ਚ 11 ਸੈਕਟਰ ਲਿਖਵਾ ਦਿੱਤੀ ਜਿਹੜੇ ਜਿਹੜੇ ਮੁਲਾਜ਼ਮ ਗਏ ਹੈ ਉਹ ਪ੍ਰੋਪਰ ਸਾਰਿਆਂ ਦੀ ਉੱਥੇ ਨਾਮ ਲਿਖੇ ਗਏ ਹੈ ਉੱਥੇ ਐਂਟਰੀ ਪਈ ਹੈ ਉੱਥੋਂ ਇੱਕ ਸਬ ਇੰਸਪੈਕਟਰ ਲੈਵਲ ਦੇ ਆਫਿਸਰ ਨੂੰ ਸਾਡੇ ਨਾਲ ਭੇਜਿਆ ਗਿਆ ਅਸੀਂ ਉਹਨਾਂ ਦੀ ਹਾਜ਼ਰੀ 'ਚ ਰਿਕਵਰੀ ਕੀਤੀ ਹੈ ਰਿਕਵਰੀ ਕਰਨ ਤੋਂ ਬਾਅਦ ਸਾਡੀ ਟੀਮ ਵਾਪਸ ਆਈ ਹੈ ਥਾਣੇ ਵਾਪਸ ਆ ਕੇ ਅਸੀਂ ਆਪਣੀ ਐਂਟਰੀ ਪਵਾਈ ਹੈ ਸਮੇਤ ਦੋਸ਼ੀ ਅਤੇ ਅਸੀਂ ਉੱਥੋਂ ਵਾਪਸ ਆ ਗਏ ਵਾਪਸ ਆਉਣ 'ਤੇ ਪਤਾ ਲੱਗਦਾ ਕਿ ਐਸਾ ਐਸਾ ਕਰਕੇ ਕੋਈ ਇੰਸੀਡੈਂਟ ਹੋ ਗਿਆ ਕਿੰਨੇ ਵਜੇ ਦੇ ਕਰੀਬ ਤੁਹਾਡੀ ਟੀਮ ਗਈ ਸੀਗੀ ਸਰ ਘਰਦਿਆਂ ਦਾ ਕੋਕਰੀ ਸਾਹਿਬ ਦੇ ਦੇਖੋ ਐਗਜੈਕਟ ਟਾਈਮ ਤਾਂ ਹੁਣ ਮੈਨੂੰ ਪਤਾ ਨਹੀਂ ਹੋ ਗਿਆ 12:30 ਜਾਂ ਇਸ ਇਹਦੇ ਆਸ ਪਾਸ ਦਾ ਟਾਈਮ ਹੋਇਆ ਬਟ ਫੈਮਿਲੀ ਜਿਹੜੀ ਹੈ ਫੈਮਿਲੀ ਕਹਿ ਰਹੀ ਹੈ ਕਿ ਐਲੀਗੇਸ਼ਨ ਡਾਇਰੈਕਟਲੀ ਵਿਜੀਲੈਂਸ ਟੀਮ 'ਤੇ ਲਗਾ ਰਹੀ ਹੈ ਉਹ ਮਦਰ ਦੇਖੋ ਇਹ ਤਾਂ ਐਲੀਗੇਸ਼ਨ ਹੈ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਜੋ ਇੰਸੀਡੈਂਟ ਹੋਇਆ ਉਹ ਯੂਟੀ ਦੇ ਅੰਡਰ ਹੋਇਆ ਉਹਨਾਂ ਨੇ ਮਾਮਲਾ ਦੇਖਣਾ ਠੀਕ ਹੈ ਐਲੀਗੇਸ਼ਨਸ ਲੱਗ ਰਹੇ ਹੋਣਗੇ ਮੈਨੂੰ ਨਹੀਂ ਪਤਾ ਪਰ ਐਲੀਗੇਸ਼ਨਸ ਕੋਈ ਬੇਸਲੈਸ ਐਲੀਗੇਸ਼ਨਸ ਕਾਰਤਿਕ ਦੇ ਮਦਰ ਕਹਿ ਰਹੇ ਨੇ ਕਿ ਮੈਂ ਦੇਖਿਆ ਜਿਹੜਾ ਉਹਨਾਂ ਦੇ ਬੇਟੇ ਦੇ ਕਾਰਤਿਕ ਦੇ ਕਹਿੰਦੇ ਕਿ ਪੁੜਪੜੀ ਤੇ ਪਿਸਟਲ ਰੱਖਿਆ ਹੋਇਆ ਸੀ ਕਿਸੇ ਪੁਲਿਸ ਅਧਿਕਾਰੀ ਨੇ ਇੱਥੋਂ ਤੱਕ ਉਹਨਾਂ ਨੇ ਇਲਜ਼ਾਮ ਲਾਇਆ ਦੇਖੋ ਇਸ ਤਰ੍ਹਾਂ ਹੈ ਕਿ ਸਾਡੀ ਜਿਹੜੀ ਰਿਕਵਰੀ ਸੀਗੀ ਉਹ ਘਰ ਦੇ ਬਾਹਰੋਂ ਸੀਗੀ ਬਾਹਰੋਂ ਇਨ ਦਾ ਸੈਂਸ ਅਸੀਂ ਇਹਨਾਂ ਦੇ ਹਾਊਸ 'ਚ ਐਂਟਰ ਨਹੀਂ ਕਰਨਾ ਸੀਗਾ ਨਾ ਅਸੀਂ ਕੀਤੇ ਬਾਹਰ ਅਸੀਂ ਜਿਉਂ ਹੀ ਗਏ ਹਾਂ ਜਿਹੜੀ ਇਹਨਾਂ ਦੀ ਜਗ੍ਹਾ ਦੱਸੀ ਹੋਈ ਸੀਗੀ ਕਿ ਇਹਨਾਂ ਦਾ ਫਰਦ ਇਨਕਸ਼ਾਫ ਜਿਹੜਾ ਸੀਗਾ ਦਫਾ 27 ਦਾ ਜਿਹੜਾ ਇਹਨੇ ਕੀਤਾ ਸੀਗਾ ਕਿ ਮੇਰੇ ਘਰ ਸਮਾਨ ਪਿਆ ਮੈਂ ਆਪਣੀ ਮਰਜ਼ੀ ਨਾਲ ਉਹ ਰਿਕਵਰ ਕਰਾਉਣਾ ਚਾਹੁੰਦਾ ਉਹਦੇ ਬੇਸ 'ਤੇ ਅਸੀਂ ਗਏ ਸੀਗੇ ਇਹਨਾਂ ਨੇ ਆਪ ਸਾਈਨ ਕਰਕੇ ਮੰਨਿਆ ਸੀਗਾ ਉਹਦੇ ਬੇਸ 'ਤੇ ਅਸੀਂ ਗਏ ਸੀਗੇ ਸਾਡੀ ਰਿਕਵਰੀ ਦਾ ਜਿਹੜਾ ਪੁਆਇੰਟ ਸੀਗਾ ਉਹ ਬਿਲਕੁਲ ਘਰ ਦੇ ਬਾਹਰ ਜਿਸ ਤਰ੍ਹਾਂ ਵਿਹੜੇ ਦੇ ਅੰਦਰ ਸੀਗਾ ਸਾਹਮਣੇ ਇੱਕ ਸਟੋਰ ਸੀਗਾ ਉੱਥੋਂ ਬਰਾਮਦਗੀ ਹੋਈ ਹੈ ਜੀ ਦੇਖੋ 12 ਕਿਲੋ 12.5 ਕਿਲੋ ਸੋਨਾ ਹੈ ਜੋ ਇਹਨਾਂ ਨੇ ਇਨਕਸ਼ਾਫ ਕੀਤਾ ਸੀਗਾ ਮਾੜਾ ਮੋਟਾ ਉੱਪਰ ਥੱਲੇ ਜੋ ਇਨਕਸ਼ਾਫ ਦੇ ਬੇਸ 'ਤੇ ਹੋਇਆ ਵੈਸੇ ਫੋਟੋਆਂ ਅਸੀਂ ਰਿਲੀਜ਼ ਕਰ ਰਹੇ ਹਾਂ ਥੋੜ੍ਹੀ ਦੇਰ ਜੋ ਰਿਕਵਰ ਹੋਇਆ 3 ਕਿਲੋ ਚਾਂਦੀ ਰਿਕਵਰ ਹੋਈ ਹੈ 12.5 ਕਿਲੋ ਸੋਨਾ ਹੋ ਗਿਆ 3 ਕਿਲੋ ਚਾਂਦੀ ਹੋ ਗਈ ਇਹਦੇ 'ਚ ਨਵੇਂ 4 ਆਈਫੋਨ ਨੇ ਇੱਕ ਫੋਲਡ ਵਾਲਾ ਸੈਮਸੰਗ ਦਾ ਮੋਬਾਈਲ ਹੈ ਅਤੇ ਇਸ ਤੋਂ ਇਲਾਵਾ 3.5 ਲੱਖ ਰੁਪਇਆ ਕੈਸ਼ ਹੈ ਅਤੇ ਹੈ ਦੋ ਘੜੀਆਂ ਹਾਂ ਦੋ ਸਮਾਰਟ ਵਾਚ ਜਿਹੜੀਆਂ ਸੈਮਸੰਗ ਦੀਆਂ ਚਾਂਦੀ ਦੇ ਸਿੱਕੇ ਵੀ ਉਹਦੇ ਵਿੱਚ ਰਿਕਵਰ ਹੋਇਆ ਬਹੁਤ ਹੈਵੀ ਰਿਕਵਰੀ ਹੈ ਜਿਹਦੇ ਤੋਂ ਦੇਖੋ ਘਬਰਾ ਜਾਂਦਾ ਹਰ ਬੰਦਾ ਕਾਰਤਿਕ ਨੂੰ ਲਿਆਂਦਾ ਨਹੀਂ ਗਿਆ ਕਾਰਤਿਕ ਆਪਣੀ ਮਰਜ਼ੀ ਨਾਲ ਆ ਰਿਹਾ ਸੀਗਾ ਵੀ ਮੈਂ ਆਪਣੇ ਫਾਦਰ ਨੂੰ ਮਿਲਣਾ ਉਹ ਕਈ ਵਾਰੀ ਨਹੀਂ ਸਾਡੇ ਕੋਲ ਕਿਉਂਕਿ ਰੈਗੂਲਰ ਸਾਡੇ ਕੋਲ ਇਨਵੈਸਟੀਗੇਸ਼ਨ ਔਰ ਰੈਗੂਲਰ ਸਾਡੇ ਕੋਲ ਇੰਟਰੋਗੇਸ਼ਨ ਹੋ ਰਹੀ ਸੀ ਕਿਉਂਕਿ ਸਾਡੇ ਕੋਲ ਰਿਮਾਂਡ ਬਹੁਤ ਥੋੜ੍ਹਾ ਸੀਗਾ ਉਹ ਆਉਂਦਾ ਸੀਗਾ ਉਹ ਬੈਠ ਜਾਂਦਾ ਸੀਗਾ ਜਦੋਂ ਟਾਈਮ ਹੁੰਦਾ ਸੀ ਅਸੀਂ ਮਿਲਾ ਵੀ ਦੇਈਦਾ ਸੀਗਾ ਉਹਨੂੰ ਇਹ ਸੀਗਾ ਕਿ ਮੈਨੂੰ ਮੇਰੇ ਫਾਦਰ ਨਾਲ ਮਿਲਾ ਦਿਓ ਆਉਂਦਾ ਸੀਗਾ ਮਿਲ ਕੇ ਚਲੇ ਜਾਂਦਾ ਸੀ ਆਪਣੀ ਮਰਜ਼ੀ ਅੱਜ ਫਿਰ ਜਦੋਂ ਆਇਆ ਤਾਂ ਤੁਹਾਡੀ ਟੀਮ ਦੇ ਨਾਲ ਹੀ ਉਹ ਕਰ ਗਿਆ ਸਾਨੂੰ ਨਹੀਂ ਪਤਾ ਕਿ ਤੁਹਾਡੇ ਇੱਕ ਮੁਲਾਜ਼ਮ ਉਸ ਦੀ ਗੱਡੀ ਚਲਾ ਰਹੇ ਸੀ ਨਹੀਂ ਐਸਾ ਕੁਝ ਨਹੀਂ ਹੈ ਐਸਾ ਕੁਝ ਨਹੀਂ ਹੈ ਜੀ ਐਸਾ ਕੁਝ ਨਹੀਂ ਹੈ ਆਪਣੀ ਮਰਜ਼ੀ ਨਾਲ ਆਇਆ ਉਸ ਸਾਡਾ ਕਾਰਤਿਕ ਤੋਂ ਕੁਝ ਲੈਣਾ ਦੇਣਾ ਨਹੀਂ ਹੈ ਸਾਡਾ ਕਿਉਂਕਿ ਦੇਖੋ ਜਾਬਤੇ ਮੁਤਾਬਕ ਅਸੀਂ ਤਾਂ ਦੋਸ਼ੀ ਨੂੰ ਨਾਲ ਲੈ ਕੇ ਜਾਣਾ ਦੋਸ਼ੀ ਗਿਆ ਉਹਨੇ ਆਪ ਰਿਕਵਰੀ ਕਰਾਈ ਆ ਅਸੀਂ ਰਿਕਵਰੀ ਕਰਾ ਕੇ ਵਾਪਸ ਆ ਗਏ ਹਾਂ ਬਾਅਦ 'ਚ ਸਾਨੂੰ ਇਹ ਇੰਸੀਡੈਂਟ ਪਤਾ ਲੱਗਦਾ ਕਿ ਇਹ ਹੋ ਗਿਆ ਅੱਜ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਪਿਸਟਲ ਹੈ ਕੋਪਲੀ ਜਿਹੜੀ ਆਈਐਸ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਲਾਇਸੈਂਸ ਹੀ ਹੈ ਜੀ ਤਾਂ ਫਿਰ ਜਿਹੜੀ ਇਸ ਤੋਂ ਪਹਿਲਾਂ ਕਾਰਤੂਸ ਰਿਕਵਰ ਹੋਣ ਦਾ ਦਾਵਾ ਕੀਤਾ ਗਿਆ ਸੀ ਉਹ ਚੰਡੀਗੜ੍ਹ ਪੁਲਿਸ ਦਾ ਕੀ ਦਾ ਕਨੈਕਸ਼ਨ ਉਹ ਚੰਡੀਗੜ੍ਹ ਪੁਲਿਸ ਦਾ ਮੁਕੱਦਮਾ ਹੈ ਜੀ ਉਹ ਤੁਹਾਨੂੰ ਆਪਣੀ ਉਸ ਕੇਸ ਬਾਰੇ ਬਾਈਟ ਦੇ ਦੇਣਗੇ ਪਰ ਉਹ ਪੁੱਛਗਿੱਛ ਜਾਂ ਬਰਾਮਦਗੀ ਤੁਹਾਡੀ ਦੇ ਵਿੱਚ ਹੈ ਨਾ ਨਹੀਂ ਬਰਾਮਦਗੀ ਸਾਡੀ ਦੇ ਵਿੱਚ ਹੈ ਪਰ ਅਸੀਂ ਯੂਟੀ ਨੂੰ ਸੌਂਪ ਦਿੱਤਾ ਕਿਉਂਕਿ ਏਰੀਆ ਯੂਟੀ ਦਾ ਹੈ ਜਿਹੜਾ ਲਾਇਸੈਂਸੀ ਪਿਸਟਲ ਉਸ ਤੋਂ ਬਿਨਾਂ ਕੋਈ ਮੋਰ ਓਵਰ ਇੱਕ ਹੋਰ ਦੱਸ ਇੱਕ ਹੋਰ ਵਿਜੀਲੈਂਸ ਦੀ ਕੋਈ ਸਾਡੇ ਫਲਾਇੰਗ ਸਕੁਐਡ ਤੋਂ ਇਲਾਵਾ ਦੂਸਰੀ ਟੀਮ ਲਗਾਈ ਗਈ ਸੀ ਉਹਨਾਂ ਨੇ ਉਹ ਸਾਰੀ ਉੱਥੇ ਸਰਚ ਕੀਤੀ ਹੈ
ਉਹਦੀ ਰਿਪੋਰਟ ਉਹਨਾਂ ਵੱਲੋਂ ਬਣੀ ਆ ਔਰ ਜਿਹੜਾ ਇਹ ਆਰਮਜ਼ ਐਕਟ ਦਾ ਪਰਚਾ ਹੋਣ ਵਾਲੀ ਗੱਲ ਹੈ ਇਹ ਚੰਡੀਗੜ੍ਹ ਪੁਲਿਸ ਹੈ। ਸਰ ਇਹ ਦੱਸਿਆ ਜਾ ਰਿਹਾ ਕਿ ਪੂਰੇ ਪਰਿਵਾਰ ਦੇ ਨਾਲ ਜਿਹੜੀ ਟੀਮ ਉੱਥੇ ਪਹੁੰਚੀ ਸੀਗੀ ਉਹ ਜਿਹੜਾ ਕਿ ਵਿਵਹਾਰ ਠੀਕ ਨਹੀਂ ਸੀਗਾ ਅਤੇ ਜਿਹੜਾ ਖਾਸ ਤੌਰ 'ਤੇ ਕਾਰਤਿਕ ਹੈ ਇਹਦੇ ਨਾਲ ਕਾਫੀ ਦੇਰ ਤੱਕ ਪੁੱਛਗਿੱਛ ਹੋਈ ਹੈ ਤੇ ਇਹ ਇਹਦਾ ਕਿ ਬੇਸ ਵੀ ਹੋਈ ਚੜਪੀ ਹੋਈ ਹੈ ਕਿਹੜੇ ਮਾਮਲੇ ਬੇਸਲੈਸ ਮਾਮਲੇ ਦਰਜ ਸੀਗੇ ਕਿਹੜੇ ਐਂਟਾਇਰਲੀ ਬੇਸਲੈਸ ਹੈ ਜੀ ਇਹਦੇ 'ਚ ਦੇਖੋ ਕੋਈ ਇਲਜ਼ਾਮ ਕੋਈ ਵੀ ਲਾ ਸਕਦਾ ਹੈ ਪਰ ਇਹ ਸੱਚਾਈ ਨਹੀਂ ਹੈ ਬਿਲਕੁਲ ਸੱਚਾਈ ਤੋਂ ਪਰੇ ਹੈ ਐਸਾ ਕੁਛ ਨਹੀਂ ਕਿਸੇ ਨਾਲ ਨਾ ਅਸੀਂ ਮੈਨ ਹੈਂਡਲਿੰਗ ਕੀਤੀ ਹੈ ਸਾਡੀ ਟੀਮ ਨੇ ਸਾਡੀ ਟੀਮ ਚੁੱਪ ਕਰਕੇ ਗਈ ਹੈ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਰਿਕਵਰੀ ਦਾ ਪੁਆਇੰਟ ਆ ਅਸੀਂ ਉੱਥੋਂ ਰਿਕਵਰੀ ਕੀਤੀ ਔਰ ਘਰ ਤੋਂ ਬਾਹਰ ਸੀਗਾ ਕੋਈ ਟੀਮ ਦਾ ਮੈਂਬਰ ਸਾਡਾ ਇਹਨਾਂ ਦੇ ਘਰ ਦੇ ਵਿੱਚ ਐਂਟਰ ਨਹੀਂ ਹੋਇਆ। ਤੁਹਾਡਾ ਐਕਸਪੀਰੀਅੰਸ ਹੈ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣ ਗਿਆ ਕਿ ਕਾਰਤਿਕ ਦੀ ਉੱਥੇ ਮੌਤ ਹੋ ਜਾਂਦੀ ਹੈ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਐਡੀ ਹੈਵੀ ਰਿਕਵਰੀ ਹੈ ਜਿਹੜੀ ਉਹਦੇ ਵਾਸਤੇ ਹੋ ਸਕਦਾ ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਸਕਦਾ ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਕਿ ਇੱਦਾਂ ਦਾ ਇੰਸੀਡੈਂਟ ਹੋ। ਪਰ ਪਰਿਵਾਰ ਜਿਸ ਤਰ੍ਹਾਂ ਵਾਰੀ ਵਾਰੀ ਉਹਨਾਂ ਦੇ ਪਰਿਵਾਰ ਦੇ ਹੋਰ ਵੀ ਮੈਂਬਰ ਸੀ ਉਹ ਕਹਿ ਰਹੇ ਨੇ ਕਿ ਉਸ ਵੇਲੇ ਜਿਹੜੀ ਤੁਹਾਡੀ ਟੀਮ ਆ ਉੱਥੇ ਮੌਜੂਦ ਸੀ ਜਦੋਂ ਇਹ ਗੋਲੀ ਚੱਲੀ ਹੈ। ਦੇਖੋ ਪਤਾ ਕੀ ਹੈ ਤੁਸੀਂ ਉੱਥੋਂ ਚਲੇ ਗਏ ਹੋ? ਨਹੀਂ ਇਹ ਨਹੀਂ ਤੋੜ ਕੇ ਕਿਹਾ ਜਾ ਰਿਹਾ। ਚਲੋ ਦੇਖੋ ਦਿਸ ਇਜ਼ ਆਲ ਅਲੈਜਡ ਇਹਦੇ ਬਾਰੇ ਹੁਣ ਜਿਹੜੀਆਂ ਐਲੀਗੇਸ਼ਨਸ ਹੈ ਉਹਨਾਂ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜਦੋਂ ਕਿ ਬੇਸਲੈਸ ਚੀਜ਼ਾਂ ਹੈ। ਅਸੀਂ ਤਾਂ ਰਿਕਵਰੀ ਕਰਕੇ ਆਏ ਵਾਪਸੀ ਅਸੀਂ ਆ ਕੇ ਥਾਣੇ ਪਾਈ ਹੈ ਟੀਮ ਨੇ ਵਿਦ ਅਕਿਊਜ਼ ਉੱਥੋਂ ਸਾਡੀ ਬਕਾਇਦਾ ਟੀਮ ਦੀ ਰਵਾਨਗੀ ਹੋਈ ਹੈ ਵੀ ਇਹ ਆਪਣੀ ਤਫਤੀਸ਼ ਪੂਰੀ ਕਰਕੇ ਰਿਕਵਰੀ ਕਰਨ ਉਪਰੰਤ ਟੀਮ ਹੈ ਜਿਹੜੀ ਉਹ ਵਾਪਸ ਆਪਣੇ ਥਾਣੇ ਚਲੀ ਗਈ। ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ? ਉਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਭੇਜਿਆ ਜੀ, ਮੈਡੀਕਲ ਕਰਾਉਣ ਤੋਂ ਬਾਅਦ ਪੇਸ਼ ਕਰਾਂਗੇ। ਤੁਹਾਨੂੰ ਇਹ ਇਨਫੋਰਮੇਸ਼ਨ ਕਦੋਂ ਮਿਲਦੀ ਹੈ ਜੀ? ਜਦੋਂ ਤੁਹਾਡੀ ਟੀਮ ਪੁਲਿਸ ਸਟੇਸ਼ਨ ਆ ਗਈ ਹੁੰਦੀ ਹੈ ਵਾਪਸ ਸੈਕਟਰ 11 ਜਾਂ ਉਸ ਤੋਂ ਬਾਅਦ ਕਾਰਤਿਕ ਦੀ ਮੌਤ ਹੋ ਗਈ ਹੈ? ਇਹ ਇੱਥੋਂ ਜਦੋਂ ਅਸੀਂ ਆਪਣੇ ਥਾਣੇ ਆ ਕੇ ਨਿਊਜ਼ ਵਗੈਰਾ ਦੇਖਦੇ ਹਾਂ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਨਿਊਜ਼ ਦੇਖੀਏ, ਉਹ ਬਾਈ ਚਾਂਸ ਅਸੀਂ ਨਿਊਜ਼ ਦੇਖੀਆਂ ਜਦੋਂ ਕਿਸੇ ਨੇ ਫੋਨ 'ਤੇ ਦੱਸ ਦਿੱਤਾ ਵੀ ਇਸ ਤਰ੍ਹਾਂ ਕਰਕੇ ਨਿਊਜ਼ ਚੱਲ ਰਹੀ ਹੈ ਤਾਂ ਨਿਊਜ਼ ਤੋਂ ਪਤਾ। ਸੰਜੇ ਪੋਪਲੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ? ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ, ਸ਼ਾਇਦ ਪਤਾ ਲੱਗ ਗਿਆ ਕਿਉਂਕਿ ਮੈਡੀਕਲ ਕਰਾਉਣ ਗਏ ਮੈਨੂੰ ਇਹ ਮੁਲਾਜ਼ਮ ਦੱਸ ਰਹੇ ਸੀਗੇ ਕਿ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ। ਸਰ ਜਿਹੜਾ ਵਕੀਲ ਆ, ਵਕੀਲ ਦਾ ਇਹ ਕਹਿਣਾ ਹੈ ਕਿ ਸੰਜੇ ਪੋਪਲੀ ਨੇ ਫੋਨ ਕੀਤਾ ਜਦੋਂ ਵਕੀਲ ਦੀ ਜਿਹੜੀ ਗੱਲ ਹੈ ਨਾ ਜੀ, ਸੰਜੇ ਪੋਪਲੀ ਦੇ ਘਰ ਤੇ ਹੀ ਸੀਗਾ ਸੁਣੋ, ਸੰਜੇ ਪੋਪਲੀ ਘਰ ਸੀ ਵਕੀਲ, ਵਕੀਲਾਂ ਦੀਆਂ ਗੱਲਾਂ ਵਕੀਲਾਂ ਦੀਆਂ ਗੱਲਾਂ ਕੋਰਟ 'ਚ ਦੇਖੀਆਂ ਜਾਂਦੀਆਂ। ਨਹੀਂ ਨਹੀਂ, ਵਕੀਲ ਜੋ ਵੀ ਕਹਿਣਗੇ, ਪਰਿਵਾਰ ਨੇ ਵੀ ਦੱਸਿਆ ਜੋ ਸਚਾਈ ਹੈ ਉਹ ਮੈਂ ਵਿੱਚ ਸੀਗੇ ਉਦੋਂ ਫੋਨ ਆਇਆ ਸਰ। ਆਈ ਐਮ ਵੈਰੀ ਸੌਰੀ ਜੋ ਕੁਝ ਹੋਇਆ ਜੋ ਕੁਝ ਉਹ ਸਚਾਈ ਮੈਂ ਤੁਹਾਨੂੰ ਦੱਸ ਦਿੱਤੀ ਹੈ। ਇਸ ਤੋਂ ਇਲਾਵਾ ਥੈਂਕ ਯੂ ਵੈਰੀ ਮਚ।